ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਗੀਤਾ ਸਖਸੈਨਾ ਪਹਿਲਾ ਪੇਸ਼ਟੀ ਚੋਂ ਵਿਆ ਖਬਰਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਪੰਜਾਬ ਫੀਸ ਸਬਸਿਡੀ ਤੇ ਪ੍ਰਮਾਣਿਤ ਬੀਜ ਮੁਹੱਈਆ ਕਰਾਉਣ ਲਈ ਕਣਕ ਬੀਜ ਸੰਬੰਧੀ ਸਬਸਿਡੀ ਨੀਤੀ 2021 ਨੂੰ ਮਨਜ਼ੂਰੀ ਪੰਜਾਬੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਾਲ ਪਰਾਲੀ ਸਾੜਨ ਦਾ ਰੁਝਾਨ ਘਟਿਆ ਹੈ ਪੰਜਾਬ ਸਰਕਾਰ ਨੇ 1626 ਸਕੂਲਾਂ ਵਿੱਚ ਬੁਨਿਆਦੀ ਢਾਂਚੇ ਤੇ ਸਿੱਖਿਆ ਦੇ ਮਿਆਰ ਲਈ 154 ਕਰੋੜ ਰੁਪਏ ਕਿਤੇ ਮਨਜ਼ੂਰ। ਸੌਣੀ ਸੀਜ਼ਨ ਦੌਰਾਨ ਚੋਨੇ ਦੀ ਖਰੀਦ 2 ਕਰੋੜ ਮੀਟ्रिक टन ਤੋਂ ਹੋਈ ਪਾਰ। ਵਿਹਾਰ ਵਿਧਾਨ ਸਭਾ ਚੋਣਾਂ ਲਈ ਦੂਜੇ ਗੇਟ ਤਹਿਤ 17 ਜ਼ਿਲ੍ਹਿਆਂ ਦੇ 94 ਵਿਧਾਨ ਸਭਾ ਹਲਕਿਆਂ ਲਈ ਵੋਟਾਂ ਪੜ ਕੇ ਵੋਟਾਂ ਲਈ ਸੁਰੱਖਿਆ ਪ੍ਰਬੰਧ ਮੁਕੰਮਲ। ਛੱਤੀਸਗੜ ਦੇ ਦਾਤੇਵਾੜਾ ਵਿੱਚ 27 ਮਾਉ ਵਾਦੀਆਂ ਨੇ ਕੀਤਾ ਆਤਮ ਸਮਰਪਣ। ਤੈ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾੜੀ ਸੀਜ਼ਨ ਦੌਰਾਨ ਕਿਸਾਨਾਂ ਨੂੰ ਪੰਜਾਬ ਫਸ ਸੁਬਸਿਡੀ ਤੇ ਕਣਕ ਦਾ ਪ੍ਰਮਾਣਿਤ ਬੀਜ ਮੁਹੱਈਆ ਕਰਾਉਣ ਦੇ ਲਈ ਖੇਤੀਬਾੜੀ ਵਿਭਾਗ ਦੀ ਕਣਕ ਦੇ 20 ਸੰਬੰਧੀ ਸਬਸਿਡੀ ਨੀਤੀ 2021 ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨੀਤੀ ਤਹਿਤ ਕਿਸਾਨਾਂ ਨੂੰ 18 ਕਰੋੜ 50 ਲੱਖ ਰੁਪਏ ਦੀ ਸਬਸਿਡੀ ਨਾਲ 1,85,000 ਕੁਇੰਟਲ ਪ੍ਰਮਾਣਿਤ ਬੀਜ ਮੁਹੱਈਆ ਕਰਵਾਇਆ ਜਾਵੇਗਾ ਜਿਸ ਨਾਲ ਸਿੱਧੇ ਤੌਰ ਤੇ ਲਗਭਗ 2.5 ਲੱਖ ਕਿਸਾਨਾਂ ਨੂੰ ਲਾਭ ਮਿਲੇਗਾ। ਮੁੱਖ ਮੰਤਰੀ ਨੇ ਵਿਭਾਗ ਨੂੰ ਨਿਰਦੇਸ਼ ਦਿੱਤੇ ਨੇ ਕਿ ਛੋਟੇ ਤੇ ਦਰਮਿਆਨਨੀ ਕਿਸਾਨਾਂ ਨੂੰ ਸਬਸਿਡੀ ਵਾਲਾ ਪੀਜ ਪਹਿਲ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਬਸਿਡੀ ਸਿਰਫ ਯੋਕਸਾਨਾ ਨੂੰ ਦਿੱਤੀ ਜਾਵੇ ਅਤੇ ਸਬਸਿਡੀ ਦੀ ਰਕਮ ਸਿੱਧੇ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾਵੇ। ਮੁੱਖ ਮੰਤਰੀ ਨੇ ਵਿਧੇਕ ਮੁਖ ਸਕੱਤਰ ਵਿਕਾਸ ਅਨਿਰੁੱਧ ਦਿਵਾੜੀ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਸਟਾਫ ਨੂੰ ਆਪਣੇ ਖੇਤਰ ਦੇ ਵਿੱਚ ਵੇਚੇ ਜਾ ਰਹੇ ਬੀਜਾਂ ਤੇ ਨੇੜੇੋਂ ਨਜ਼ਰ ਰੱਖਣ ਦੇ ਲਈ ਵਿਸਤਾਰਤ ਨਿਰਦੇਸ਼ ਜਾਰੀ ਕਰਨ। ਉਨ੍ਹਾਂ ਵਿਧੇਕ ਮੁਖ ਸਕੱਤਰ ਵਿਕਾਸ ਨੂੰ ਇਹ ਯਕੀਨੀ ਬਣਾਉਣ ਲਈ ਵੀ ਕਿਹਾ ਕਿ ਕਿਸਾਨਾਂ ਤੱਕ ਸਿਰਫ ਮਿਆਰੀ ਬੀਜ ਹੀ ਪਹੁੰਚਣ। ਮੁੱਖ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਸ ਸਬੰਧ ਦੇ ਵਿੱਚ ਕੋਈ ਸ਼ਿਕਾਇਤ ਮਿਲਦੀ ਹੈ ਜਾਂ ਕੋਈ ਗਲਤ ਕਾਰਵਾਈ ਸਾਹਮਣੇ ਆਉਂਦੀ ਹੈ ਤਾਂ ਬੀਜ ਏਜੰਸੀਆਂ ਦੇ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਲ-ਨਾਲ ਜ਼ਿਲ੍ਹਾ ਅਤੇ ਬਲਾਕ ਪਦਰੀ ਖੇਤੀਬਾੜੀ ਅਧਿਕਾਰੀਆਂ ਨੂੰ ਵੀ ਇਸ ਦੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਮੰਨਿਆ ਜਾਵੇਗਾ ਸਬਸਿਡੀ ਲੈਣ ਦੇ ਚਾਹਵਾਨ ਕਿਸਾਨ ਆਪਣੇ ਖੇਤਰਾ ਵਿੱਚ ਲਖੇ ਖੇਤੀਬਾੜੀ ਵਿਭਾਗ ਦੇ ਦਫ਼ਤਰਾਂ ਦੇ ਵਿੱਚ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਨੇ ਇਸ ਦੌਰਾਨ ਵਧੀਕ ਮੁੱਖ ਸਕਤਰ ਵਿਕਾਸ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸਬਸਿਡੀ ਦਰਾਂ ਤੇ ਕਣਕ ਚੋਂ ਬੀਜ ਮੁਹੱਈਆ ਕਰਾਉਣ ਦੇ ਲਈ ਲੋੜੀਂਦੇ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਹੈ ਸਬਸਿਡੀ ਪੀਜਾਂ ਦੀ ਕੁੱਲ ਕੀਮਤ ਦੇ 50% ਬਰਾਬਰ ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਇਹ ਕਿਸਾਨਾਂ ਦੇ ਬੈਂਕ ਖਾਤੇ ਦੇ ਵਿੱਚ ਸਿੱਧੇ ਟ੍ਰਾਂਸਫਰ ਕੀਤੀ ਜਾਵੇ ਦੇ ਬੀਚ ਅਤੇ ਸਬਸਿਡੀ ਵਾਤੋ ਵਾਤ ਅੰਜ ਇਕੜ ਰਕਬੇ ਦੇ ਲਈ ਦਿੱਤੀ ਜਾਵੇਗੀ ਜ਼ਿਕਰਯੋਗ ਹੈ ਕਿ ਹਾਰੀ ਸੀਜ਼ਨ 2020-21 ਦੌਰਾਨ ਸੂਬੇ ਦੇ ਲਗਭਗ 35 ਲੱਖ ਹੈਕਟੇਰ ਰਕਬੇ ਦੇ ਵਿੱਚ ਕਣਕ ਦੀ ਕਾਸ਼ਤ ਹੋਣੀ ਉਮੀਦ ਹੈ ਪੰਜਾਬ ਵਿੱਚ ਇਸ ਸਾਲ ਭਰਾਲੀ ਸਾੜਨ ਦਾ ਦਰਜਾਨ ਘਟਾਇਆ ਹੈ ਪੰਜਾਬ ਦੇ ਮੁੱਖ ਸਕੱਤਰ ਵਿਨੇ ਮਹਾਜਨ ਨੇ ਸਵੇਰੇ ਦੇ ਸਾਰੇ ਸੀਨੀਅਰ ਅਧਿਕਾਰੀਆਂ ਸਮੂਹ ਡਿਪਟੀ ਕਮਿਸ਼ਨਰਾਂ ਤੇ ਐਸਐਸਪੀਜ਼ ਨਾਲ ਵੀਡੀਓ ਕਾਨਫਰencing ਰਾਹੀਂ ਗੱਲਬਾਤ ਕਰਦਿਆਂ ਇਸ ਗੱਲ ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ ਕਿ ਪੰਜਾਬ ਦੇ ਵਿੱਚ ਭਰਾਲੀ ਸਾੜਨ ਦੀਆਂ ਘਟਨਾਵਾਂ ਦੇ ਵਿੱਚ 5% ਤੋਂ ਵੀ ਜ਼ਿਆਦਾ ਕਮੀ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦਰ ਦੇ ਵਿੱਚ ਹੋਰ ਜ਼ਿਆਦਾ ਕਮੀ ਲਿਆਉਣ ਦੇ ਲਈ ਕੋਸ਼ਿਸ਼ਾਂ ਹੋਰ ਤੇਜ਼ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਪੰਜਾਬ ਵਿੱਚ ਹੁਣ ਤੱਕ 137 ਲੱਖ 99000 टन ਚੌਨੀ ਦੀ ਆਮਦ ਹੋ ਚੁੱਕੀ ਹੈ ਜੋ ਪਿਛਲੇ ਸਾਲ ਨਾਲੋਂ 33% ਜ਼ਿਆਦਾ ਹੈ ਪ੍ਰਾਲੀ ਸੜਨ ਦੀ ਸਮੱਸਿਆ ਬਾਰੇ ਸਾਰੇ ਡਿਪਟੀ ਕਮਿਸ਼ਨਰਾਂ ਨੇ ਤੇ ਐਸਐਸਪੀਜ਼ ਨੂੰ ਹਦਾਇਤਾਂ ਜਾਰੀ ਕਰ ਦਿੱਤਾ ਮੁਖਸਕਰ ਨੇ ਕਿਹਾ ਕਿ ਜ਼ਿਲ੍ਹਾ ਅਧਿਕਾਰੀ ਇਸ ਮਾਮਲੇ ਨੂੰ ਹੋਰ ਗੰਬੀਤਰ ਨਾਲ ਲੈਣ ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਹੁਣ ਤੱਕ ਪ੍ਰਾਲੀ ਸੜਨ ਦੀਆਂ ਘਟਨਾਵਾਂ ਘੱਟ ਦਰਜ ਕੀਤੀਆਂ ਗਈਆਂ ਨੇ ਸਵੇਰ ਵਿੱਚ ਕੋਵਿਡ-19 ਦੀ ਸਥਿਤੀ ਬਾਰੇ ਸਿਮੇਖਿਆਕਰ ਨੇ ਮੁਖਸਕਰ ਨੇ ਕਿਹਾ ਕਿ ਮੌਜੂਦਾ ਸਮੇਂ ਸਵੇਰ ਦੇ ਵਿੱਚ ਕਰੋਨਾ ਮਾਮਲਿਆਂ ਦੇ ਵਿੱਚ ਕਮੀ ਆਈ ਹੈ ਤੇ ਇਹ ਸਿਰਫ ਜ਼ਿਆਦਾ ਟੈਸਟਾਂ ਦਾ ਹੀ ਨਤੀਜਾ ਹੈ ਮੁਖ ਤੇ ਨੇ ਕਿਹਾ ਕਿ ਸਾਰੇ ਸਰਕਾਰੀ ਦਫਤਰ ਹੁਣ 100% ਸਟਾਫ ਦੇ ਨਾਲ ਕੰਮ ਕਰ ਰਹੇ ਨੇ ਤੇ ਇਸ ਲਈ ਆਰਟੀਪੀਸੀ ਆਰ ਟੈਸਟਾਂ ਦੇ ਵਿੱਚ ਵੀ ਫਤਾ ਕੀਤਾ ਜਾਣਾ ਚਾਹੀਦਾ ਹੈ ਮੁਖਸ ਕੱਤਰ ਨੇ ਡੇਂਗੂ ਨਾਲ ਜਿੱਠਣ ਦੇ ਲਈ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਨੇ ਦੱਸਿਆ ਕਿ ਸੂਬਾ ਸਰਕਾਰ ਨੇ 1626 ਸਕੂਲਾਂ ਦੇ ਵਿੱਚ 1608 ਕਮਰੇ ਬਣਾਉਣ ਦੀ ਪਹਿਲ ਕੀਤੀ ਹੈ ਤੇ ਇਸ ਮੰਤਵ ਦੇ ਲਈ 144.82 ਲੱਖ ਰੁਪਏ ਮਨਜ਼ੂਰ ਕੀਤੇ ਗਏ ਨੇ ਕੈਬਨਿਟ ਮੰਤਰੀ ਨੇ ਕਿਹਾ ਕਿ ਉਸਾਰੇ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਸਾਰੀਆਂ ਜਮਾਤਾਂ ਨੂੰ ਸਮਾਰਟ ਜਮਾਤਾਂ ਦੇ ਵਿੱਚ ਤਬਦੀਲ ਕੀਤਾ ਜਾਵੇਗਾ ਇਸ ਵਿੱਚ ਪ੍ਰੋਜੈਕਟਰ, CPU ਤੇ ਹੋਰ ਲੜਿੰਦਾ ਫਰਨੀਚਰ ਸ਼ਾਮਿਲ ਹੋਵੇਗਾ ਉਹਨਾਂ ਨੇ ਕਿਹਾ ਕਿ ਸਰਕਾਰ ਸਕੂਲਾਂ ਦੇ ਬੁਨਿਆਦੀ ਢਾਂਚੇ ਤੇ ਸਿੱਖਿਆ ਦੇ ਮਿਆਰ ਨੂੰ ਸੁਧਾਰਨ ਦੇ ਲਈ ਅਣਥੱਕ ਮਿਹਨਤ ਕਰ ਰਹੀ ਹੈ ਇਸ ਬਾਰੇ ਹੋਰ ਵਿਰਵਾ ਦਿੰਦਿਆਂ ਸਿੰਘਲਾ ਨੇ ਕਿਹਾ ਕਿ ਇਹਨਾਂ ਸਕੂਲਾਂ ਦੇ ਵਿੱਚ ਜਗਾ ਦੇ ਕਾਰਡ ਹੋਣ ਕਰਕੇ ਨਾਬਾਲਗ ਦੇ ਪ੍ਰੋਜੈਕਟ ਤਹਿਤ ਕੰਬਰੀਆਂ ਦੀ ਉਸਾਰੀ ਦੀ ਤਜਵੀਜ਼ ਖਜ਼ਾਨਾ ਵਿਭਾਗ ਨੂੰ ਭੇਜੀ ਗਈ ਸੀ ਜੋ ਮਨਜ਼ੂਰ ਹੋ ਗਈ ਏ ਇਸ ਦੌਰਾਨ ਪੰਜਾਬ ਦੇ ਸਿੱਖਿਆ ਵਿਭਾਗ ਨੇ ਪਹਿਲੇ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਦੀ ਪੜਾਈ ਦਾ ਮੁਲਾਂਕਣ ਕਰਨ ਅਤੇ ਇਸ ਵਿੱਚ ਹੋਰ ਸੁਧਾਰ ਲਿਆਉਣ ਦੇ ਲਈ ਅੱਜ ਤੇ ਪਲਕੇ ਸਾਰੇ ਸਕੂਲਾਂ ਦੇ ਵਿੱਚ ਮਾਪੇ ਅਧਿਆਪਕ ਮੀਟਿੰਗ ਕਾਰਨ ਦੇ ਨਿਰਦੇਸ਼ ਦਿੱਤੇ ਨੇ ਸਕੂਲ ਸਿੱਖਿਆ ਵਿਭਾਗ ਦੇ ਬੁਲਾ ਰਹੇ ਨੇ ਦੱਸਿਆ ਕਿ ਇਹਨਾ ਮੀਟਿੰਗ ਹਦਰਾਨ ਅਧਿਆਪਕਾਂ ਨੂੰ ਬੱਚਿਆ ਉਹਨਾਂ ਦੇ ਮਾਪਿਆਂ ਪੰਚਾਇਤ ਮੈਂਬਰਾਂ ਤੇ ਹੋਰ ਪਤਵੰਤਿਆਂ ਤੱਕ ਪਹੁੰਚ ਕਰਨ ਦੇ ਲਈ ਕਿਹਾ ਜਾਵੇਗਾ ਤਾਂ ਜੋ ਵਿਦਿਆਰਥੀਆਂ ਦੀ ਪੜਾਈ ਦੇ ਵਿੱਚ ਕਮੀਆਂ ਤੇ ਕਮਜ਼ੋਰੀਆਂ ਦਾ ਪਤਾ ਲਗਾ ਕੇ ਇਸ ਨੂੰ ਬਿਹਤਰ ਬਣਾਇਆ ਜਾ ਸਕੇ ਕਰੀਫ ਸੀਜ਼ਨ 2021 ਕੀ ਦੇ ਲਈ ਝੋਨੇ ਦੀ ਖਰੀਦ 2 ਕਰੋੜ ਮੀਟ੍ਰਿਕ ਟਨ ਤੋਂ ਪਾਰ ਹੋ ਗਈ ਹੈ ਅਤੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਤਾਮਿਲਨਾਡੂ, ਚੰਡੀਗੜ੍ਹ, ਜੰਮੂ ਤੇ ਕਸ਼ਮੀਰ, ਕੇਰਲ ਤੇ ਗੁਜਰਾਤ ਤੋਂ ਕੱਲ ਤੱਕ 204.59 ਲੱਖ ਮੀਟ੍ਰਿਕ ਟਨ ਝੋਨੇ ਦੀ ਵੱਡੀ ਖਰੀਦ ਕੀਤੀ ਗਈ ਹੈ। ਪਿਛਲੇ ਸਾਲ ਇਹ ਖਰੀਦ 168.87 ਲੱਖ ਮੀਟ੍ਰਿਕ ਟਨ ਸੀ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ 21.16 ਫੀਸਦਾ ਵਾਧਾ ਹੋਇਆ ਹੈ। 204.59 ਲੱਖ ਮੀਟ੍ਰਿਕ ਟਨ ਦੇ ਵਿੱਚ ਇਕੱਲੇ ਪੰਜਾਬ ਨੇ 142.81 ਲੱਖ ਮੇਟ ਟਿਕਟਾਂ ਦਾ ਯੋਗਦਾਨ ਦਿੱਤਾ ਜੋ ਕੂਲ ਖਰੀਦ ਦਾ 69.80% ਪਹੁੰਚਦਾ ਹੈ। ਆਯੂਸ਼ ਮੰਤਰਾਲੇ ਤੇ ਨਿਵੇਸ਼ ਇੰਡੀਆ ਮਿਲ ਕੇ ਇੱਕ ਰਣਨੀਤਿਕ ਇਕਾਈ ਜਿਸ ਦਾ ਨਾਂ ਰਣਨੀਤਿਕ ਨੀਤੀ ਅਤੇ ਬਿਊਰੋ ਸਹੂਲਤਾ ਸਥਾਪਿਤ ਕਰਨ ਗਿਆ ਜੋ ਆਯੂਸ਼ ਖੇਤਰ ਦੀ ਯੋਜਨਾਬੱਧ ਤੇ ਸਿਸਟਮੈਟਿਕ ਵਾਧੇ ਦੇ ਲਈ ਕੰਮ ਕਰੇਗੀ। ਇਹ ਮੰਤਰਾਲੇ ਵੱਲੋਂ ਕੀਤੀ ਗਈ ਪਹਿਲ ਕਦਮੀਆਂ ਦੇ ਵਿੱਚੋਂ ਇੱਕ ਕਦਮ ਹੈ ਜਿਸ ਅਨੁਸਾਰ ਭਵਿੱਖ ਦੇ ਵਿੱਚ ਆਯੂਸ਼ ਦੇ ਭਾਗੀਦਾਰ ਗਰੁੱਪ ਆਯੂਸ਼ ਖੇਤਰ ਦੇ ਵਿੱਚ ਅੱਗੇ ਵਧ ਸਕਦੇ ਨੇ। ਬਿਊਰੋ ਨੂੰ ਸਥਾਪਿਤ ਕਰਨਾ ਇੱਕ ਅਗਾਵਾਧੂ ਕਦਮ ਹੈ ਜੋ ਆਯੂਸ਼ ਸਿਸਟਮ ਨੂੰ ਪ੍ਰਕਿਰਤੇ ਲਈ ਤਿਆਰ ਕਰੇਗਾ ਇਹ ਬਿਊਰੋ ਮੰਤਰਾਲੇ ਨੂੰ ਰਣਨੀਤਿਕ ਤੇ ਨੀਤੀਗਤ ਪਹਿਲ ਕਦਮੀਆਂ ਦੇ ਲਈ ਸਹਿਯੋਗ ਦੇਵੇਗਾ ਜਿਸ ਨਾਲ ਖੇਤਰ ਦੀ ਪੂਰੀ ਸਮਰੱਥਾ ਤੱਕ ਪਹੁੰਚਣ ਦਾ ਰਸਤਾ ਬਣੇਗਾ ਇਸ ਨਾਲ ਵਾਦੇ ਤੇ ਨਿਵੇਸ਼ ਨੂੰ ਉਤਸ਼ਾਹ ਮਿਲੇਗਾ ਪ੍ਰੋਜੈਕਟ ਦੇ ਇੱਕ ਭਾਈਵਾਲ ਵਜੋਂ ਨਿਵੇਸ਼ ਇੰਡੀਆ ਮੰਤਰਾਲਾ ਦੇ ਨਾਲ ਮਿਲ ਕੇ ਬਿਊਰੋ ਦੀ ਕਾਰਜ ਯੋਜਨਾ ਬਣਾਏਗਾ ਤੇ ਇਸ ਦੇ ਛੋਟੀ ਤੇ ਲੰਬੀ ਆਪਤੀ ਦੇ ਟੀਚਿਆਂ ਨੂੰ ਪ੍ਰਭਾਸ਼ਿਤ ਕਰੇਗਾ ਨਿਵੇਸ਼ ਇੰਡੀਆ ਉੱਚ ਪੱਧਰ ਦੇ ਸਿਖਿਅਤ ਅਤੇ ਮਾਹਿਰ ਸਰੋਤਾਂ ਨੂੰ ਆਯੋਜ ਮੰਤਰਾਲਾ ਦੀਆਂ ਯੋਜਨਾਵਾਂ ਨੂੰ ਲਾਗੂ ਕਰਕੇ ਸਿਰੇ ਚਾੜਨ ਦੇ ਲਈ ਤਨਾਤ ਕਰੇਗਾ ਕੌਮੀ ਜਲ ਜੀਵਨ ਮਿਸ਼ਨ ਪਾਲਕੇ ਵਰਚੁਅਲ ਮਾਧਿਅਮ ਤੇ ਰਾਹੀਂ ਇੱਕ ਕਾਨਫਰੰਸ ਆਯ ਇਸ ਕਾਨਫਰੰਸ ਦੇ ਵਿੱਚ ਮਿਸ਼ਨ ਨੂੰ ਤੇਜ਼ੀ ਅਤੇ ਵੱਡੇ ਪੱਧਰ 'ਤੇ ਕੁਸ਼ਲਤਾਪੂਰਵਕ ਲਾਗੂ ਕਰਨ ਤੇ ਵਕਫ ਵਕ ਮੁੱਦਿਆਂ ਤੇ ਵਿਚਾਰ ਪਟਾਤਰਾਂ ਕੀਤਾ ਜਾਵੇਗਾ। ਜਲ ਜੀਵਨ ਮਿਸ਼ਨ ਦਾ ਮੰਤਵ ਹਰੇਕ ਘਰ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੇ ਨਾਲ-ਨਾਲ ਲੰਬੇ ਸਮੇਂ ਦੇ ਲਈ ਲੋੜੀਂਦੀ ਮਾਤਰਾ ਤੇ ਵਿੱਚ ਨਿਰਧਾਰਿਤ ਗੁਣਵੱਤਾ ਦੀ ਜਲ ਸਪਲਾਈ ਕਰਨਾ ਹੈ। ਇਸ ਕਾਨਫਰੰਸ ਦੌਰਾਨ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ਖਾਵਤ ਸਾਰੇ ਸੁਭਿਆ ਤੇ ਗੇਂਦਰ ਸਾਸਤ ਪ੍ਰਦੇਸ਼ਾਂ ਦੇ ਇੰਚਾਰਜ ਮੰਤਰੀਆਂ ਦੇ ਨਾਲ ਜਲ ਜੀਵਨ ਮਿਸ਼ਨ ਤਹਿਤ 100 ਦਿਨਾ ਮਹਿੰਮ ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਹੋਇਆ ਯੋਜਨਾਬੰਦੀ ਲਾਗੂ ਕਰਨ ਬਾਰੇ ਤਾਂਦਰਾ ਕਰਨਗੇ ਭਾਰਤ ਨੇ ਪਾਕਿਸਤਾਨ ਵੱਲੋਂ ਗੈਰ ਕਾਨੂੰਨੀ ਅਤੇ ਜ਼ਬਰਦਸਤੀ ਭਾਰਤੀ ਖੇਤਰ ਦੇ ਵਿੱਚ ਬਦਲਾਅ ਕਰਨ ਦੀ ਯਤਨ ਨੂੰ ਪੂਰੀ ਤਰ੍ਹਾਂ ਰਾਦ ਕੀਤਾ ਹੈ ਭਾਰਤ ਨੇ ਫਿਰ ਦਰਾਇਆ ਹੈ ਕਿ ਜੰਮੂ ਕਸ਼ਮੀਰ ਤੇ ਲਦਾਖ ਅਤੇ ਕਥਿਤ ਗਿਲਗੀਟ ਬਲਿਸਤਾਨ ਭਾਰਤ ਦਾ ਅਨੇਖੜਵਾਂਗੇ ਇਹ 1947 ਦੇ ਵਿੱਚ ਜੰਮੂ ਕਸ਼ਮੀਰ ਦੇ ਪਾਰੇ ਦੇ ਵਿੱਚ ਸ਼ਾਮਲ ਹੋਣ ਵੇਲੇ ਤੋਂ ਕਾਨੂੰਨੀ ਤੌਰ ਤੇ ਅਟਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਗਿਲਗੀਟ ਬਾਰੇ ਦਿੱਤੇ ਬਿਆਨ ਦੇ ਸਬੰਧ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼ਰਵਾਸਤਵ ਨੇ ਕਿਹਾ ਹੈ ਕਿ ਪਾਕਿਸਤਾਨ ਦਾ ਗੈਰ ਕਾਨੂੰਨੀ ਅਤੇ ਜ਼ਬਰਦਸਤੀ ਕਬਜ਼ਾ ਕੀਤੇ ਖੇਤਰਾ ਉੱਤੇ ਕੋਈ ਅਧਿਕਾਰ ਨਹੀਂ ਹੈ। ਵਿਹਾਰ ਵਿਧਾਨ ਸਭਾ ਦੇ ਦੂਜੇ ਗੇਟ ਤਹਿਤ ਪਲਕੀ ਵੋਟਾਂ ਪਾਉਣ ਦੀ ਸਾਰੇ ਪ੍ਰਬੰਧ ਮੁਕੰਮਲ ਕਰ ਲਏਗੇ। ਇਸ ਗੇਟ ਤਹਿਤ ਪਟਨਾ ਵਿਸ਼ਾਲੀ, ਸੀਤਾਮੜੀ, ਦਰਪੰਗਾ ਤੇ ਮਧੁਬਨੀ ਸਮੇਤ 17 ਜ਼ਿਲ੍ਹਿਆਂ ਦੇ 94 ਵਿਧਾਨ ਸਭਾ ਹਲਕਿਆਂ ਦੇ ਵਿੱਚ ਵੋਟਾਂ ਪੁਆਈਆਂ ਜਾਣਗੀਆਂ। 2 ਕਰੋੜ 86 ਲੱਖ ਵੋਟਰ 146 ਮਹਿਲਾਵਾਂ ਇੱਕ ਟਰਾਂਸਜੈਂਡਰ ਸਮੇਤ 1463 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਕਰਨਗੇ ਵੋਟਸ ਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪਹੁੰਚਾਇਆ ਜਾਣਗੇ ਮੁੱਖ ਚੋਣ ਅਧਿਕਾਰੀ ਐਚ ਆਰ ਸ਼੍ਰੀਨਿਵਾਸਾ ਨੇ ਕਿਹਾ ਕਿ ਰਾਗੋਪੁਰ ਪਾਰੂ ਮੀਨਾਪੁਰ ਅਤੇ ਆਉਲੀ ਵਿਧਾਨ ਸਭਾ ਹਲਕਿਆਂ ਸਮੇਤ 8 नक्सਲ ਪ੍ਰਭਾਵਿਤ ਹਲਕਿਆਂ ਦੇ ਵਿੱਚ ਵੋਟਾਂ 4 ਵਜੇ ਤੱਕ ਪੁਆਈਆਂ ਜਾਣਗੀਆਂ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਆਜ਼ਾਦ ਤੇ ਨਿਰਪੱਖ ਚੋਣਾਂ ਕਰਾਉਣ ਦੇ ਲਈ नक्सਲ ਪ੍ਰਭਾਵਿਤ ਖੇਤਰਾਂ ਵਿੱਚ ਲੋੜਿੰਦੇ ਸੁਰੱਖਿਆ ਦਸਤੇ ਤਾਇਨਾਤ ਕੀਤੇ ਗਏ ਨੇ ਦੂਜੇ ਗੇੜੀਆਂ ਚੋਣਾਂ ਦੇ ਲਈ ਭਾਰਤੀ ਜਨਤਾ ਪਾਰਟੀ 45 ਸੀਟਾਂ ਜੀਡੀਯੂ 43 ਤੇ ਵਿਕਾਸਸ਼ੀਲ ਇਨਸਾਨ ਪਾਰਟੀ 6 ਸੀਟਾਂ ਤੇ ਚੋਣਾਂ ਲੜ ਰਹੇ ਨੇ ਜਦਕਿ ਆਰਜीडी 55 ਤੇ ਕਾਂਗਰਸ ਨੇ 24 ਉਮੀਦਵਾਰ ਮੈਦਾਨ ਵਿੱਚ ਉਤਾਰੇ ਨੇ ਐਲਜੀਪੀ ਨੇ 55 आरएलएसपी ने 36 बीएसपी ने 33 ते एनसीपी ने 29 ਉਮੀਦਵਾਰ ਇਸ ਗੇੜ ਦੇ ਵਿੱਚ ਖੜੇ ਕੀਤੇ ਨੇ ਸਵੇਰ ਵਿੱਚ 3 ਗੇੜਾ ਤਹਿਤ ਵਿਧਾਨ ਸਭਾ ਚੋਣਾਂ ਕਰਵਾਈਆਂ ਜਾ ਰਹੀਆਂ ਨੇ ਜਿ ਗੇੜ ਤੇ ਵੀ 7 ਨਵੰਬਰ ਨੂੰ ਵੋਟਾਂ ਪੁਆਇਆ ਜਾਣ ਗਿਆ ਵੋਟਾਂ ਦੀ ਗਿਣਤੀ 10 ਨਵੰਬਰ ਨੂੰ ਹੋਵੇਗੀ ਛਤੀਸਗੜ੍ਹ ਵਿੱਚ ਕਬਾਇਲੇ ਬਸਟਰ ਡਿਵੀਜ਼ਨ ਦੇ दांतਫੜਾ ਦੇ ਵਿੱਚ 27 ਮਾਓਵਾਦੀਆਂ ਨੇ ਆਤਮ ਸਮਰਪਣ ਕੀਤਾ ਹੈ ਇਹਨਾਂ ਵਿੱਚੋਂ 5 ਦੇ ਸੀਰਾਂ ਤੇ ਇਨਾਮ ਸੀ ਇਹਨਾਂ ਮਾਓਵਾਦੀਆਂ ਨੇ ਜ਼ਿਲ੍ਹਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਸਾਹਮਣੇ ਵਰਸੂਰ र्पण कियातों मुहिम प्रभावित हो काओवादियों ने आत्म समर्पण किया हूं तक इस मुहिम तहत एक सौ सत्तर तो ज्यादा माओवादियों ने आत्म समर्पण किया है इस खबर का खत्म होंगे एक बजे दे बुलेटिन मुलाकात होगी तब तक इजाजत दौ नमस्कार